ਮਕੇਰੀਆਂ ਜਿਹੜੇ ਇੱਥੇ ਐਮ ਮਾਂਗਟ ਐਕਸੀਡੈਂਟ ਹੋਇਆ ਉਹਦੇ ਸੰਬੰਧ ਵਿੱਚ ਸਾਡੇ ਕੋਲ 15 ਪੇਸ਼ੈਂਟ ਆਏ ਸੀਗੇ ਅਤੇ 2 ਡੈਡ ਬੋਡੀਜ਼ ਆਈਆਂ ਸੀਗੀਆਂ ਅਤੇ ਜਿਹੜੇ ਬਾਕੀ ਪੇਸ਼ੈਂਟ ਅਤੇ ਡੈਡ ਬੋਡੀ ਸੀਗੀ ਉਹ ਦਸੂਏ ਰੈਫਰ ਕਰਤੀ ਸੀਗੀ। ਹੁਣ ਦਸੂਏ ਤੋਂ ਇੱਕ ਹੋਰ ਡੈਡ ਬੋਡੀ ਆਈ ਹੈ ਸਾਡੇ ਕੋਲ ਅਤੇ ਹੁਣ ਸਾਡੇ ਕੋਲ ਟੋਟਲ ਜਿਹੜੀ ਡੈਡ ਬੋਡੀਜ਼ ਹੈ 3 ਹੈ ਅਤੇ 15 ਪੇਸ਼ੈਂਟ ਆਏ ਸੀ। 15 ਵਿੱਚੋਂ 9 ਪੇਸ਼ੈਂਟ ਸੀਰੀਅਸ ਸੀਗੇ ਜਿਹੜੇ ਕਿ ਇੱਥੋਂ ਹਾਇਰ ਸੈਂਟਰ ਲਈ ਰੈਫਰ ਕਰ ਦਿੱਤੇ ਸੀਗੇ ਸੀ ਅਤੇ 6 ਪੇਸ਼ੈਂਟ ਆ ਜਿਹੜੇ ਬਿਲਕੁਲ ਸਾਡੇ ਕੋਲ ਜੀਰੇ ਇਲਾਜ ਹੈ ਅਤੇ ਬਿਲਕੁਲ ਸਟੇਬਲ ਹੈ। ਜਲੰਧਰ ਤੇ 9 ਕੀਤੇ ਆ ਜਿਹਨਾਂ 'ਚੋਂ ਇੱਕ ਬਹੁਤ ਸੀਰੀਅਸ ਸੀਗਾ ਉਹਦਾ ਹਜੇ ਵੀ ਜਿਹੜੇ ਹੁਣ ਇਨਫੋਰਮੇਸ਼ਨ ਸਾਨੂੰ ਮਿਲੀ ਹੈ ਉਹ 'ਚ ਇਹੀ ਇਨਫੋਰਮੇਸ਼ਨ ਮਿਲੀ ਕਿ ਕਾਫੀ ਸੀਰੀਅਸ ਹੈ ਪੇਸ਼ੈਂਟ। ਇਹ ਬਿਲਕੁਲ ਸਟੇਬਲ ਹੈ, ਗੱਲਬਾਤ ਕਰਦੇ ਆ, ਚਾਹ ਵਗੈਰਾ ਪੀ ਲਈ ਇਹਨਾਂ ਨੂੰ, ਠੀਕ ਹੈ ਜੀ, ਬਿਲਕੁਲ ਡ੍ਰਿਪ ਵਗੈਰਾ ਲੱਗਾ ਹੋਇਆ ਇਹਨਾਂ ਦੇ, ਬਿਲਕੁਲ ਠੀਕ ਠਾਕ ਨੇ। ਨਹੀਂ ਸਾਡੇ ਕੋਲ ਜਿਹੜੇ ਹੁਣ ਰਿਕਾਰਡ ਮੁਤਾਬਕ ਇਸ ਵੇਲੇ 3 ਹੈ, ਮੇ ਬੀ ਕੋਈ ਜਿਹੜਾ ਰੈਫਰ ਕੀਤਾ ਉਹ 'ਚ ਕੋਈ ਮਿਸ ਹੈਪਨਿੰਗ ਨਾ ਹੋ ਗਈ ਹੋਵੇ ਉੱਥੇ ਜਿਹੜਾ ਹਾਇਰ ਸੈਂਟਰ ਦੇ ਵਿੱਚ। ਹਾਂ ਰਿਕਾਰਡ ਮੁਤਾਬਕ ਸਾਡੇ ਕੋਲ ਜਿਹੜੀਆਂ ਹੁਣ ਮੋਰਚਰੀ 'ਚ ਬੋਡੀਜ਼ 3 ਪਈਆਂ ਨੇ। ਮਕੇਰੀਆਂ ਜਿਹੜੇ ਇੱਥੇ ਐਮ ਮਾਂਗਟ ਐਕਸੀਡੈਂਟ ਹੋਇਆ ਉਹਦੇ ਸੰਬੰਧ ਵਿੱਚ ਸਾਡੇ ਕੋਲ 15 ਪੇਸ਼ੈਂਟ ਆਏ ਸੀਗੇ ਅਤੇ 2 ਡੈਡ ਬੋਡੀਜ਼ ਆਈਆਂ ਸੀਗੀਆਂ ਅਤੇ ਜਿਹੜੇ ਬਾਕੀ ਪੇਸ਼ੈਂਟ ਅਤੇ ਡੈਡ ਬੋਡੀ ਸੀਗੀ ਉਹ ਦਸੂਏ ਰੈਫਰ ਕਰਤੀ ਸੀਗੀ। ਹੁਣ ਦਸੂਏ ਤੋਂ ਇੱਕ ਹੋਰ ਡੈਡ ਬੋਡੀ ਆਈ ਹੈ ਸਾਡੇ ਕੋਲ ਅਤੇ ਹੁਣ ਸਾਡੇ ਕੋਲ ਟੋਟਲ ਜਿਹੜੀ ਡੈਡ ਬੋਡੀਜ਼ ਹੈ 3 ਹੈ ਅਤੇ 15 ਪੇਸ਼ੈਂਟ ਆਏ ਸੀ। 15 ਵਿੱਚੋਂ 9 ਪੇਸ਼ੈਂਟ ਸੀਰੀਅਸ ਸੀਗੇ ਜਿਹੜੇ ਕਿ ਇੱਥੋਂ ਹਾਇਰ ਸੈਂਟਰ ਲਈ ਰੈਫਰ ਕਰ ਦਿੱਤੇ ਸੀਗੇ ਸੀ ਅਤੇ 6 ਪੇਸ਼ੈਂਟ ਆ ਜਿਹੜੇ ਬਿਲਕੁਲ ਸਾਡੇ ਕੋਲ ਜੀਰੇ ਇਲਾਜ ਹੈ ਅਤੇ ਬਿਲਕੁਲ ਸਟੇਬਲ ਹੈ। ਜਲੰਧਰ ਤੇ 9 ਕੀਤੇ ਆ ਜਿਹਨਾਂ 'ਚੋਂ ਇੱਕ ਬਹੁਤ ਸੀਰੀਅਸ ਸੀਗਾ ਉਹਦਾ ਹਜੇ ਵੀ ਜਿਹੜੇ ਹੁਣ ਇਨਫੋਰਮੇਸ਼ਨ ਸਾਨੂੰ ਮਿਲੀ ਹੈ ਉਹ 'ਚ ਇਹੀ ਇਨਫੋਰਮੇਸ਼ਨ ਮਿਲੀ ਕਿ ਕਾਫੀ ਸੀਰੀਅਸ ਹੈ ਪੇਸ਼ੈਂਟ। ਇਹ ਬਿਲਕੁਲ ਸਟੇਬਲ ਹੈ, ਗੱਲਬਾਤ ਕਰਦੇ ਆ, ਚਾਹ ਵਗੈਰਾ ਪੀ ਲਈ ਇਹਨਾਂ ਨੂੰ, ਠੀਕ ਹੈ ਜੀ, ਬਿਲਕੁਲ ਡ੍ਰਿਪ ਵਗੈਰਾ ਲੱਗਾ ਹੋਇਆ ਇਹਨਾਂ ਦੇ, ਬਿਲਕੁਲ ਠੀਕ ਠਾਕ ਨੇ। ਨਹੀਂ ਸਾਡੇ ਕੋਲ ਜਿਹੜੇ ਹੁਣ ਰਿਕਾਰਡ ਮੁਤਾਬਕ ਇਸ ਵੇਲੇ 3 ਹੈ, ਮੇ ਬੀ ਕੋਈ ਜਿਹੜਾ ਰੈਫਰ ਕੀਤਾ ਉਹ 'ਚ ਕੋਈ ਮਿਸ ਹੈਪਨਿੰਗ ਨਾ ਹੋ ਗਈ ਹੋਵੇ ਉੱਥੇ ਜਿਹੜਾ ਹਾਇਰ ਸੈਂਟਰ ਦੇ ਵਿੱਚ। ਹਾਂ ਰਿਕਾਰਡ ਮੁਤਾਬਕ ਸਾਡੇ ਕੋਲ ਜਿਹੜੀਆਂ ਹੁਣ ਮੋਰਚਰੀ 'ਚ ਬੋਡੀਜ਼ 3 ਪਈਆਂ ਨੇ। ਮਕੇਰੀਆਂ ਜਿਹੜੇ ਇੱਥੇ ਐਮ ਮਾਂਗਟ ਐਕਸੀਡੈਂਟ ਹੋਇਆ ਉਹਦੇ ਸੰਬੰਧ ਵਿੱਚ ਸਾਡੇ ਕੋਲ 15 ਪੇਸ਼ੈਂਟ ਆਏ ਸੀਗੇ ਅਤੇ 2 ਡੈਡ ਬੋਡੀਜ਼ ਆਈਆਂ ਸੀਗੀਆਂ ਅਤੇ ਜਿਹੜੇ ਬਾਕੀ ਪੇਸ਼ੈਂਟ ਅਤੇ ਡੈਡ ਬੋਡੀ ਸੀਗੀ ਉਹ ਦਸੂਏ ਰੈਫਰ ਕਰਤੀ ਸੀਗੀ। ਹੁਣ ਦਸੂਏ ਤੋਂ ਇੱਕ ਹੋਰ ਡੈਡ ਬੋਡੀ ਆਈ ਹੈ ਸਾਡੇ ਕੋਲ ਅਤੇ ਹੁਣ ਸਾਡੇ ਕੋਲ ਟੋਟਲ ਜਿਹੜੀ ਡੈਡ ਬੋਡੀਜ਼ ਹੈ 3 ਹੈ ਅਤੇ 15 ਪੇਸ਼ੈਂਟ ਆਏ ਸੀ। 15 ਵਿੱਚੋਂ 9 ਪੇਸ਼ੈਂਟ ਸੀਰੀਅਸ ਸੀਗੇ ਜਿਹੜੇ ਕਿ ਇੱਥੋਂ ਹਾਇਰ ਸੈਂਟਰ ਲਈ ਰੈਫਰ ਕਰ ਦਿੱਤੇ ਸੀਗੇ ਸੀ ਅਤੇ 6 ਪੇਸ਼ੈਂਟ ਆ ਜਿਹੜੇ ਬਿਲਕੁਲ ਸਾਡੇ ਕੋਲ ਜੀਰੇ ਇਲਾਜ ਹੈ ਅਤੇ ਬਿਲਕੁਲ ਸਟੇਬਲ ਹੈ। ਜਲੰਧਰ ਤੇ 9 ਕੀਤੇ ਆ ਜਿਹਨਾਂ 'ਚੋਂ ਇੱਕ ਬਹੁਤ ਸੀਰੀਅਸ ਸੀਗਾ ਉਹਦਾ ਹਜੇ ਵੀ ਜਿਹੜੇ ਹੁਣ ਇਨਫੋਰਮੇਸ਼ਨ ਸਾਨੂੰ ਮਿਲੀ ਹੈ ਉਹ 'ਚ ਇਹੀ ਇਨਫੋਰਮੇਸ਼ਨ ਮਿਲੀ ਕਿ ਕਾਫੀ ਸੀਰੀਅਸ ਹੈ ਪੇਸ਼ੈਂਟ। ਇਹ ਬਿਲਕੁਲ ਸਟੇਬਲ ਹੈ, ਗੱਲਬਾਤ ਕਰਦੇ ਆ, ਚਾਹ ਵਗੈਰਾ ਪੀ ਲਈ ਇਹਨਾਂ ਨੂੰ, ਠੀਕ ਹੈ ਜੀ, ਬਿਲਕੁਲ ਡ੍ਰਿਪ ਵਗੈਰਾ ਲੱਗਾ ਹੋਇਆ ਇਹਨਾਂ ਦੇ, ਬਿਲਕੁਲ ਠੀਕ ਠਾਕ ਨੇ। ਨਹੀਂ ਸਾਡੇ ਕੋਲ ਜਿਹੜੇ ਹੁਣ ਰਿਕਾਰਡ ਮੁਤਾਬਕ ਇਸ ਵੇਲੇ 3 ਹੈ, ਮੇ ਬੀ ਕੋਈ ਜਿਹੜਾ ਰੈਫਰ ਕੀਤਾ ਉਹ 'ਚ ਕੋਈ ਮਿਸ ਹੈਪਨਿੰਗ ਨਾ ਹੋ ਗਈ ਹੋਵੇ ਉੱਥੇ ਜਿਹੜਾ ਹਾਇਰ ਸੈਂਟਰ ਦੇ ਵਿੱਚ। ਹਾਂ ਰਿਕਾਰਡ ਮੁਤਾਬਕ ਸਾਡੇ ਕੋਲ ਜਿਹੜੀਆਂ ਹੁਣ ਮੋਰਚਰੀ 'ਚ ਬੋਡੀਜ਼ 3 ਪਈਆਂ ਨੇ।